हां जी, सत श्री अकाल जी, की हाल चाल जी। टाइम हो गया शाम दे 5:30, जिवें कि तुहानू पता ही आ। अज पिंदर ने जाना सीगा दिल्ली नू, बट अज सवेर दे इन्ने क बिजी सीगे, पहला कंबाइन आ गई, फिर वीडियो दा काम नबेड़िया, हुण आपां चलिया कैंट नू। मैं तां कैंट ही उतर जाणा, पिंदर ते बरिंदर ने जाणा गाह दिल्ली नू मेरी भैण नू लैण। ਉਹ ਆਪਦੀ ਭਾਬੀ ਨੂੰ ਲੈਣ ਚੱਲੇ ਆ। ਅੱਛਾ, ਮੇਰੀ ਭੈਣ ਆ ਉਹ, ਪਹਿਲਾਂ ਤੁਹਾਡੇ ਤੋਂ ਭਾਬੀ ਆ ਮੇਰੀ। ਅੱਛਾ, ਮੇਰੀ ਭੈਣ ਆ, ਮਤਲਬ ਰਣਸ਼ੇਰ ਦੀ ਮਾਸੀ ਆ ਰਹੀ ਆ ਤੇ ਤਾਈ ਵੀ ਆ ਰਹੀ ਆ। ਹੁਣੇ ਤੋਂ ਅੱਜ ਤੁਸੀਂ ਆਪ ਹੀ ਸੋਚੀ ਜਾਵੋ ਵੀ ਕਿਵੇਂ ਕੀ ਆ, ਹੈ ਨਾ? ਸਾਰਿਆਂ ਨੂੰ ਪਤਾ ਹੀ ਆ। ਹਾਂ, ਤੇ ਹੁਣ ਕੈਨੇਡਾ ਦਾ ਵੱਡਾ ਪ੍ਰਾਹੁਣਾ ਮੇਰੀ ਭੂਆ ਦਾ ਮੁੰਡਾ ਆ। ਸਹੀ ਗੱਲ ਆ, ਉਹ ਆ ਰਹੇ ਨੇ ਕਿਉਂਕਿ ਆਪਣੇ ਵਿਆਹ ਸ਼ੁਰੂ ਹੋ ਰਿਹਾ ਤੇ ਪਹਿਲੇ ਗੈਸਟ ਆਉਣ ਲੱਗੇ ਨੇ ਵਿਆਹ ਲਈ। ਯੈਸ, ਮਤਲਬ ਸਿੱਧਕ ਆ ਰਹੀ ਆ। ਸਿੱਧਕ ਸਿੱਧਕ ਆ ਰਹੀ ਆ। ਹਾਂ, ਚਲੋ ਕੋਈ ਨੀ, ਕਦੇ ਕਦੇ ਇਹ ਜੀ ਗੰਦਲ ਵਧੀਆ ਲੱਗਦੀ ਹੁੰਦੀ ਆ। ਹੁਣ ਆਪਾਂ ਚੱਲੀਏ, ਟਾਈਮ ਨਾਲ ਆਪਾਂ ਥੋੜੇ ਜੇ ਲੇਟ ਆ। ਹਾਂ, ਬਸ ਡੇਢ ਕੁ ਘੰਟਾ, ਬਟ ਹਲੇ ਟਾਈਮ ਹੈਗਾ ਕਾਫੀ। ਹੁਣ ਪਤਾ ਕੀ ਆ, ਦਿੱਲੀ ਵਾਲਾ ਰਾਹ ਪੂਰਾ ਵਧੀਆ ਬਣ ਗਿਆ। ਦਿੱਲੀ ਨੂੰ ਟਾਈਮ ਲਾ ਦਿੰਦਾ ਸੀਗਾ, ਹੁਣ ਸਾਰੇ ਪੁਲ ਬਣੇ ਹੋਏ ਆ। ਨਾਲੇ ਮੈਨੂੰ ਆਏ ਸੀ ਵੀ ਨਹੀਂ ਨਾ, 10-11 ਵਜੇ ਟ੍ਰੈਫਿਕ ਬਹੁਤ ਹੁੰਦੀ ਆ, ਹੁਣ ਟ੍ਰੈਫਿਕ ਤੋਂ ਬਾਅਦ ਹੀ ਜਾਵਾਂਗੇ। ਹਾਂ, ਮਤਲਬ ਦਿੱਲੀ ਚ ਜੁੱਦਾ ਕੈਂਟ ਤੋਂ ਨੀ 10-11 ਵਜੇ ਕੈਂਟ ਤੋਂ ਪੌਣੀ ਤੁਰ ਪਾਂਗੇ। ਕੈਂਟ ਤੋਂ ਤਾਂ ਬਸ ਜਾ ਕੇ ਹੁਣ ਇਹਨਾਂ ਨੂੰ ਕੈਂਟ ਚਾਹ ਵੀ ਨਹੀਂ ਪਲਾਉਣੀ, ਇਹਨਾਂ ਨੂੰ ਸਿੱਧੇ ਦਿੱਲੀ ਨੂੰ ਹੀ ਤੋਰ ਦੇਣਾ ਵਾ। ਠੀਕ ਆ, ਆਪਦੀ ਰਾਹ ਚ ਪੀ ਜਾਇਓ ਖੜ ਕੇ ਕਿਤੇ, ਟਾਈਮ ਨਾਲ ਪਹੁੰਚ ਜਾਇਓ। ਮਾੜੇ ਮੋਟੇ ਬੰਦੇ ਆ। ਹਾਂ, ਵੈਸੇ ਟਾਈਮ ਹਲੇ 5:30 ਹੀ ਹੋਏ ਨੇ, ਉਦਾਂ ਉਹਨਾਂ ਦੀ ਮਤਲਬ ਜਿਹੜੀ ਫਲਾਈਟ ਆਉਣੀ ਆ ਦਿੱਲੀ, ਉਹ 1:30 ਵਜੇ ਆਉਣੀ ਆ। ਢਾਈ ਵਜੇ ਬਾਹਰ ਨਿਕਲ ਲਗੇ, ਅਸੀਂ ਤੁਰਾਂਗੇ ਕੈਂਟ ਤੋਂ 6 ਵਜੇ 12 ਵਜੇ ਨੂੰ ਤੁਸੀਂ ਦਿੱਲੀ ਪਹੁੰਚ ਜਾਓ। ਨਹੀਂ, ਮੁਫਤ ਤੋਂ ਬੈਠੇ ਹਾਂ, ਉਹਨਾਂ ਨੂੰ ਅੰਦਰੋਂ ਨਿਕਲਦੇ ਨੂੰ ਵੀ ਘੰਟਾ ਡੇਢ ਘੰਟਾ ਲੱਗ ਹੀ ਜਾਣਾ। 12 ਵਜੇ ਦਿੱਲੀ ਪਹੁੰਚਣਾ। ਚਲੋ ਵੀ, ਚਲ ਕੋਈ ਨੀ, ਜੇ ਮਾੜਾ ਮੋਟਾ ਉੱਤੇ ਥੱਲੇ ਹੋ ਗਿਆ ਟਾਈਮ, ਥੋੜੀ ਜਿਹੀ ਵੇਟ ਕਰ ਲੈਣਗੇ। ਐਡੀ ਕੀ ਗੱਲ, ਹੋਰ ਚੱਕਰ ਨਹੀਂ, ਜਵਾਕ ਛੋਟਾ ਨਾਲ ਦੇਖੀ ਤੋਂ ਚੱਲ ਵੇਟ ਵੀ ਕਰ ਲੈਣਾ। ਸਹੀ ਆ ਨਾ, ਹਲੇ 4-5 ਸਾਲਾਂ ਦੀ ਹੋਈ, ਇੱਕੋ ਟਾਈਮ ਥੋੜੀ ਜਿਹੀ ਠੰਡ ਜੀ ਵੀ ਹੋ ਜਾਂਦੀ ਆ। ਬਾਕੀ ਜੇ ਲੇਟ ਹੋਗੇ ਫਿਰ ਫੋਨ ਕਰ ਦਾਂਗੇ, ਫਿਰ ਏਅਰਪੋਰਟ ਦੇ ਅੰਦਰ ਹੀ ਆ ਬਣੇ, ਬਾਹਰ ਨਹੀਂ ਨਿਕਲਣਾ, ਬਾਹਰ ਨਾ ਨਿਕਲੋ। ਹਾਂ, ਸਹੀ ਗੱਲ ਆ। ਚਲੋ ਵੀ, ਹੁਣ ਆਪਾਂ ਚੱਲੀਏ। ਵੈਸੇ ਇਸ ਵਾਰੀ ਪਹਿਲੀ ਵਾਰੀ ਹੋ ਰਿਹਾ ਵਾ ਬਈ ਮੈਂ ਦਿੱਲੀ ਨੂੰ ਪਿੰਦਰ ਨਾਲ ਨਹੀਂ ਜਾ ਰਹੀ ਹੈਗੀ, ਨਹੀਂ ਮੈਂ ਰੋਲਾ ਰੂਲਾ ਪਾ ਕੇ ਚੱਲੀ ਜਾਣਾ ਸੀ। ਹੁਣ ਦਿੱਲੀ ਮੇਰੇ ਨਾਲ ਕਦੋਂ ਗਈਆਂ ਇੱਥੇ? ਹਾਂ, ਜਦੋਂ ਆਪਾਂ ਅਰਜਣ ਨੂੰ ਲੈਣ ਜਾਂਦੇ ਤੋਂ ਜਾਂਦੇ ਹਾਂ, ਉਹਨਾਂ ਨੂੰ ਲੈਣ ਗਏ ਸੀ, ਫਿਰ ਸਿਮ ਕਰ ਉਹਨਾਂ ਨੂੰ ਛੱਡ ਕੇ ਆਏ ਸੀ। ਪਰ ਥੋੜਾ ਰਣ ਸ਼ੇਅਰ ਕਰਕੇ ਔਖਾ ਹੋ ਗਿਆ, ਰਣ ਸ਼ੇਅਰ ਕਰਕੇ ਔਖਾ ਸੀ, ਨਹੀਂ ਤਾਂ ਮੈਂ ਚੱਲੀ ਜਾਣਾ ਸੀ। ਹਾਂ, ਇਹ ਫਿਰ ਜਾਣਾ ਆਉਣਾ ਇਹ ਔਖਾ ਹੋ ਜਾਂਦਾ। ਪਹਿਲਾਂ ਹੀ ਸੋਚਿਆ ਸੀਗਾ ਵੀ ਚੱਲ ਉੱਥੇ ਜਾ ਕੇ ਹੋਟਲ ਲੈ ਲਾਂਗੇ, ਵੀ ਇੱਕ ਰਾਤ ਰਹਿ ਪਾਂਗੇ। ਹੋਟਲਾਂ ਦੇ ਰੇਟ ਮਹਿੰਗੇ ਬੜੇ ਸੀਗੇ, ਛੱਡ ਕੇ ਯਾਰ। ਸਹੀ ਗੱਲ ਆ, ਕਿਉਂਕਿ ਹੁਣ ਰਣ ਸ਼ੇਅਰ ਨਾਲ 6-7 ਘੰਟੇ ਟਰੈਵਲ ਕਰਕੇ ਜਾਣਾ ਤੇ ਫਿਰ ਵਾਪਸ ਆਉਣਾ, ਮੁੜ ਕੇ 에ਅਰਪੋਰਟ ਤੇ ਵੀ ਕਿਹੜਾ ਕਿਤੇ ਚੱਜ ਨਾਲ ਬੈਠਣ ਨੂੰ ਜਗ੍ਹਾ ਹੁੰਦੀ ਆ, ਫਿਰ ਉਹ ਬੱਚੇ ਨਾਲ ਔਖਾ। ਹਾਂ, ਜੇ ਇਕੱਲਾ ਜਾਣਾ ਹੀ ਹੋਵੇ ਫਿਰ ਵੀ ਚੱਕਰ ਨਹੀਂ। ਜੇ ਹੁਣ ਜਾ ਕੇ ਉੱਥੇ ਰਹਿਣਾ ਹੀ ਹੁੰਦਾ ਆਪਾਂ ਕੱਲ ਕੁੱਲ ਨੂੰ ਵਾਪਸ ਆਉਂਦੇ, ਫਿਰ ਸਾਰਾ ਕੁਝ ਸੈੱਟ ਸੀਗਾ। ਯੈਸ, ਚਲੋ ਠੀਕ ਆ ਵੀ, ਗੱਲਾਂ ਕਰਦੇ ਕਰਦੇ ਨਾਲ ਗੱਲ ਪਹੁੰਚ ਗਏ ਅਸੀਂ। ਲੈ, ਹੋਰ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਚੱਲੀਏ ਹੁਣ ਬਾਬਾ ਜੀ ਕਰਕੇ, ਬਸ ਫਾਟਕ ਨਾ ਲੱਗੇ ਹੁਣ, ਵੱਡੀ ਪ੍ਰੋਬਲਮ। ਨਾ ਜਨਾਬ ਜੀ, ਤੁਸੀਂ ਬੂਟ ਪਾਇਆ ਏ, ਤੁਸੀਂ ਦਿੱਲੀ ਨੂੰ ਜਾਣਾ ਨਾਲ? ਬੋਕਰ ਚ ਬਹਿ ਕੇ ਮੈਂ ਕਿਤੇ ਵੀ ਆਪਦੀ ਮਨ ਮਰਜ਼ੀ ਕਰ ਸਕਦਾ ਵਾ। ਹੁਣ ਦੇਖੋ ਰਣਸ਼ੇਰ, ਓਏ ਟਿੱਡੀਆ, ਇਹਦੇ ਲਈ ਇਹ ਨਵੇਂ ਸ਼ੂ ਲਿੱਤੇ ਸੀ, ਇਹਨਾਂ ਚ ਸੀਟੀਆਂ ਜੇ ਵੱਜਦੀਆਂ ਨੇ, ਇਹਨੂੰ ਵਧੀਆ ਵੀ ਲੱਗਦੇ ਪਾਉਣੇ, ਅੱਜ ਪਹਿਲੇ ਦਿਨ ਪਾਏ ਨੇ ਇਹਦੇ ਸਵੇਰ ਦੇ। ਗੱਡੀ ਦੀ ਟੈਂਕੀ ਫੁੱਲ ਕਰਾ ਕੇ ਖੜਾਈ ਪਈ ਆ। ਤੁਸੀਂ ਜੀ 2 ਵਜੇ ਚੱਲਾਂਗੇ ਜੀ, 2 ਵਜੇ ਆਪਾਂ। ਹਾਂ, ਕਿਹੜਾ ਬੇੜਾ ਕਰਤਾ, ਦੁਪਹਿਰ ਤੋਂ ਹਨੇਰਾ ਕਰਤਾ। ਭੱਜ ਲਓ ਹੁਣ, ਫੜੋ ਆਪਦਾ ਫੋਨ। ਲਓ ਵੀ, ਅਸੀਂ ਇੱਥੇ ਹਲੇ ਪਹੁੰਚੇ ਸੀਗੇ ਜਦੀ ਬਰਿੰਦਰ ਹੋਣੀ ਸਾਰੇ ਰੈਡੀ ਸੀਗੇ, ਉਹ ਆਪਦਾ ਨੂੰ ਗੱਡੀ 'ਚ ਬਹਿ ਕੇ ਚਲੇ ਗਏ ਦਿੱਲੀ ਨੂੰ, ਅਤੇ ਬਾਕੀ ਹੁਣ ਰਣਸ਼ੇਰ ਬਾਹਰ ਆ। ਅੱਜ ਮੈਨੂੰ ਇੱਥੇ ਆ ਕੇ ਪਤਾ ਲੱਗਿਆ, ਅੱਜ ਸਵੇਰ ਦੀ ਇੱਥੇ ਲਾਈਟ ਨਹੀਂ ਹੈਗੀ, ਕੱਟ ਲੱਗਿਆ ਹੋਇਆ ਵਾ। ਬਟ ਹੁਣ ਇੰਨਾ ਕੁ ਸੌਖਾ ਵਾ ਵੀ ਚਲੋ ਗਰਮੀਆਂ 'ਚ ਤਾਂ ਔਖਾ ਹੋ ਜਾਂਦਾ ਵਾ, ਹੁਣ ਤਾਂ ਮੌਸਮ ਠੀਕ ਆ, ਹੁਣ ਲੈਟ ਆਵੇ ਚਾਹੇ ਨਾ ਆਵੇ, ਇਨਵਰਟਰ 'ਤੇ ਆਪਣੀਆਂ ਲਾਈਟਾਂ ਚੱਲੀ ਜਾਣ, ਉਹੀ ਬਹੁਤ ਆ। ਇੱਕ ਨਾ ਆਪਣੇ ਘਰ ਆਹ ਲਾਏ ਹੋਏ ਨੇ ਛੱਤ ਦੀ ਸਪੋਰਟ ਨੂੰ, ਕਿਉਂਕਿ ਉੱਪਰਲੀ ਛੱਤ 'ਤੇ ਜਿਹੜਾ ਲੈਂਟਰ ਪਾਇਆ ਵਾ ਉਹਦੇ ਕਰਕੇ। ਚਲੋ ਵੀ ਹੁਣ ਠੀਕ ਆ, ਹੁਣ ਆਪਾਂ ਕਰਦੇ ਹਾਂ ਰੈਸਟ। ਬਰਿੰਦਰ ਹੁਣ ਹੀ ਚਲੇ ਗਏ, ਫਿਰ ਵੀ ਨਾ ਘਰ ਹੁਣ ਥੋੜ੍ਹਾ ਥੋੜ੍ਹਾ ਸੁੰਨਾ ਸੁੰਨਾ ਲੱਗਣ ਲੱਗ ਗਿਆ।
ਕਾਲੀ ਕਾਲੀ ਚ ਮੈਂ ਤਾਂ ਰਣਸ਼ੇਰ ਦੀਆਂ ਸ਼ੀਸ਼ੀਆਂ ਵੀ ਨਹੀਂ ਧੋ ਕੇ ਲੈ ਕੇ ਆਈ। ਹੁਣ ਪਹਿਲਾਂ ਰਣਸ਼ੇਰ ਦੇ ਦੁੱਧ ਲਈ ਪਾਣੀ ਬੋਇਲ ਕਰਕੇ ਰੱਖਦੀ ਆ, ਨਾਲੇ ਸ਼ੀਸ਼ੀਆਂ ਧੋਣੀ ਆ। ਹੁਣ ਉਹ ਬਾਹਰ ਫੁੱਫੜ ਜੀ ਨਾਲ ਖੇਡ ਰਿਹਾ, ਉਹਨੂੰ ਪੈਂਥਰ ਮਿਲ ਗਿਆ। ਪੈਂਥਰ ਨੂੰ ਤਾਂ ਦੇਖ ਕੇ ਉਹ ਪੂਰਾ ਖੁਸ਼ ਹੋ ਜਾਂਦਾ ਵਾ। ਚਲੋ ਵੀ ਹੁਣ ਆਪਾਂ ਕਰੀਏ ਥੋੜਾ ਬਹੁਤਾ ਕੰਮ ਕਾਰ, ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ। ਭੂਆ ਹੁਣੀ ਉਧਰ ਰੋਟੀ ਪਕਾਉਣ ਲੱਗੀਆਂ ਨੇ, ਵਿਚਾਰੀਆਂ ਟਾਰਚ ਲਾ ਕੇ ਲੱਗੀਆਂ ਨੇ ਲਾਈਟ ਭੱਜੀ ਕਰਕੇ। ਰਣਸ਼ੇਰ ਹੁਣ ਨਹਾ ਕੇ ਖਾ ਪੀ ਕੇ ਇਹਦੀ ਸੌਣ ਦੀ ਤਿਆਰੀ ਆ। ਇੱਕ ਗੱਲ ਆ ਭੂਆ, ਜਦੋਂ ਕਿਸੇ ਨੇ ਜਾਣਾ ਹੁੰਦਾ ਉਦੋਂ ਦਿਲ ਚ ਅਜੀਬ ਜਿਹੀ ਖਿੱਚ ਹੁੰਦੀ ਆ, ਹਨਾ। ਹੁਣ ਪਤਾ ਕੱਲ ਨੂੰ ਕਿਸੇ ਨੇ ਆ ਜਾਣਾ ਵਾ, ਹੁਣ ਚਾ ਜਿਹਾ ਹਨਾ ਦਿਲ ਚ ਇੰਨਾ ਅਜੀਬ ਜਿਹਾ ਚਾ ਵਾ, ਬਸ ਹੁਣ ਆਏ ਆ ਵੀ ਸਵੇਰੇ ਸਵੇਰੇ ਘਰੇ ਛੇਤੀ ਆ ਜਾਣਾ। ਹੁਣ ਕਿਉਂ ਰਣਸ਼ੇਰ, ਕੱਲ ਨੂੰ ਦੀਦੀ ਨੇ ਆ ਜਾਣਾ, ਸਿਦਕੀ ਨੇ ਆ ਜਾਣਾ, ਫਿਰ ਤੇਰੇ ਪੱਟੂ ਪੋਦੇ ਉਹਦੇ ਮਾਰ ਕੇ ਦਿਖਾਈ ਦੇਖ। ਹੁਣ ਉਧਰ ਤੂੰ ਬੈੱਡ ਤੋਂ ਥੱਲੇ ਡਿੱਗਣਾ ਵਾ, ਆ ਜਾ ਪੈ ਜਾ, ਆਹ ਛੱਡ ਦੇ, ਹੁਣ ਬਥੇਰਾ ਖੇਡ ਲਿਆ ਇਹਦੇ ਨਾਲ, ਛੱਡ ਦੇ ਸੁਰਖੀ, ਛੱਡ ਦੇ। ਚਲੋ ਵੀ ਹੁਣ ਆਪਾਂ ਸੌਂਦੇ ਆ, ਸਵੇਰੇ ਉੱਠ ਕੇ ਤੁਹਾਨੂੰ ਮਿਲਦੇ ਆ। ਸਵੇਰੇ ਵੀ ਹੁਣ ਤਾਂ ਸਾਜਰੀ ਜਾਗ ਆ ਜਾਣੀ, ਰਾਤ ਨੂੰ ਵੀ ਨੀਂਦ ਅਸੀਂ ਵੈਸੇ ਹੀ ਆਉਣੀ ਆ। ਹੁਣ ਇਹਨੇ ਐਂ ਖੇਡਣਾ ਪੂਆ, ਹੁਣ ਇਹਨੇ ਛੱਡਣੀ ਨੀ ਹੈਗੀ, ਹੁਣ ਇਹ ਜਿੰਨਾ ਟਾਈਮ ਸੌਂਦਾ ਨੀ ਹੈਗਾ ਓਨਾ ਟਾਈਮ ਇਹਨੇ ਹੱਥ 'ਚ ਰੱਖਣੀ ਆ ਇਹ। ਹਾਂ ਚਲੋ ਵੀ, ਬਾਏ ਬਾਏ, ਗੁੱਡ ਨਾਈਟ, ਮਿਲਤੇ ਹੈ ਸਵੇਰੇ। ਪਿੰਦਰ ਹੋਣੀ ਪਹਿਲਾਂ ਅਮਨ ਢਾਬੇ ਤੇ ਰੁਕੇ, ਇੱਥੇ ਰੋਕ ਕੇ ਉਹਨਾਂ ਨੇ ਚਾਹ ਪਾਣੀ ਪੀਤਾ, ਤੇ ਉਸ ਤੋਂ ਬਾਅਦ ਪਿੰਦਰ ਹੋਣੀ ਫਿਰ ਮੰਨਤ ਢਾਬੇ ਤੇ ਰੁਕੇ, ਆਪਣੇ ਰੋਟੀ ਪਾਣੀ ਖਾਧਾ, ਤੇ ਉਸ ਤੋਂ ਬਾਅਦ ਸਿੱਧਾ ਉਹ ਦਿੱਲੀ ਜਾ ਕੇ ਹੀ ਰੁਕੇ। ਸਿਦਕ, ਤੂੰ ਨਿਸ਼ਚੈ ਨੂੰ ਲੈ ਕੇ ਨੀ ਆਈ? ਬਿਕੋਜ਼ ਉਹ ਕਹਿੰਦਾ ਸੀ ਨਹੀਂ ਜਾਣਾ, ਇੰਜ ਨਹੀਂ ਆਣਾ, ਤੂੰ ਆਣਾ ਸੀਗਾ ਹੈਂ। ਓਕੇ, ਤੁਸੀਂ ਕਿੱਥੋਂ ਆਏ ਹੋ ਭਾਈ? ਕੈਨੇਡਾ ਤੋਂ। ਕਾਹਦੇ ਤੇ ਆਏ ਹੋ ਭਾਈ? ਗੱਡੀ ਤੇ ਆਇਓ? ਨਹੀਂ, ਗੱਡੀ ਪਲੇਨ ਚ ਆਇਓ। ਸ਼ੀਸ਼ੇ ਵਾਲੀ ਸੀਟ ਤੇ ਬੈਠਾ ਸੀ? ਹਾਂਜੀ, ਅੱਛਾ ਲੈ ਟੋਫੀ ਮੈਨੂੰ ਦੇ ਦੇ ਹੁਣ, ਥੈਂਕ ਯੂ, ਮੈਂ ਜੇਬ ਚ ਪਾ ਲਾ ਹੁਣ। ਹਾਂਜੀ, ਇਹ ਹੋ ਗਿਆ ਅਗਲਾ ਦਿਨ, ਤੇ ਆਪਾਂ ਉੱਠ ਕੇ ਚਾਹ ਪਾਣੀ ਪੀ ਲਿਆ। ਭੂਆ ਹੁਣੀ ਇੱਧਰ ਪ੍ਰਸ਼ਾਦੇ ਛਕਦੇ ਆ, ਸਾਡਾ ਇਹ ਚਾਹ ਪਾਣੀ ਦਾ ਟਾਈਮ ਹੁੰਦਾ, ਭੂਆ ਤੁਹਾਡਾ ਪ੍ਰਸ਼ਾਦੇ ਛਕਦਾ ਨਾ। ਅਸੀਂ ਸਾਰੇ ਦਿਨ ਉੱਠੇ ਆ ਭਾਈ। ਹਾਂ, ਭੂਆ ਹੁਣੀ ਤਾਂ 5 ਵਜੇ ਉੱਠ ਕਰਦੇ ਆ, ਤੇ ਬਾਕੀ ਹੁਣ ਪਿੰਦਰ ਉਹਨਾਂ ਦੇ ਵੀ ਆਉਣ ਚ ਬਸ ਘੰਟਾ ਡੇਢ ਘੰਟਾ ਰਹਿ ਗਿਆ, ਉਹਨਾਂ ਨੇ ਰਾਜਪੁਰਾ ਕ੍ਰੋਸ ਕਰ ਲਿਆ। ਭੂਆ ਪਹਿਲਾਂ ਮੈਂ 6 ਵਜੇ ਉੱਠੀ, ਮੈਂ ਪਿੰਦਰ ਦੀ ਲੋਕੇਸ਼ਨ ਦੇਖੀ, ਮੈਂ ਕਿਹਾ ਹਲੇ ਤਾਂ ਪਿੱਛੇ ਹੀ ਨੇ, ਮੈਂ ਕਿਹਾ ਘੰਟਾ ਕੁ ਹੋਰ ਸੌਂ, ਮੈਂ ਫੇਰ ਸੌਂ ਗਈ। ਮੈਂ ਫਿਰ ਜਾਨੂ ਰਣਸ਼ੇਰ ਉੱਠ ਕਰਿਆ, ਫਿਰ ਮੈਂ ਉੱਠੀ ਸੀਗੀ। ਹੁਣ ਬਸ ਉਹ ਰਾਜਪੁਰਾ ਕ੍ਰੋਸ ਕਰਿਆ, ਘੰਟੇ ਡੇਢ ਘੰਟੇ ਤੱਕ ਉਹਨਾਂ ਨੇ ਘਰੇ ਆ ਜਾਣਾ। ਭੂਆ ਕੈਸਾ ਫੀਲ ਹੋ ਰਿਹਾ ਹੈ? ਬਹੁਤ ਵਧੀਆ। ਬਿਟੀ ਆ ਰਹੀ ਹੈ ਆਪਕੀ? ਆ ਰਹੀ ਹੈ। ਔਰ ਆਪਕੀ ਦੋਤੀ ਆ ਰਹੀ ਹੈ? ਦੋਤੀ ਆ ਰਹੀ ਹੈ। ਹਾਂ, ਕਾਹੀ ਤਾਂ ਕਿਹਾ ਵੀ ਘੰਟੇ ਤੱਕ ਆ ਜਾਣਾ ਦੋਤੀ। ਹਾਂ, ਉਹ ਤਾਂ ਸੁੱਤੀ ਪਈ ਸੀ ਟੌਰ ਨਾਲ ਗੱਡੀ 'ਚ, ਸੁੱਤੀ ਪਈ ਸੀ ਸਿਦਕ ਤਾਂ। ਹਾਂ, ਤੇ ਕੀ ਬਣਾਇਆ ਅੱਜ ਸਪੈਸ਼ਲ ਖਾਣ ਲਈ? ਅੱਗੇ ਤਾਂ ਆਲੂ ਵਾਲੇ ਪਰੌਠੇ ਹੁੰਦੇ ਆ। ਅੱਜ ਕੀ ਕਹਿੰਦੇ, ਮੱਕੀ ਦੀ ਰੋਟੀ ਖਾਣੀ ਆ, ਪਰੌੜਾ ਸਾਹਿਬ ਕਹਿੰਦੇ। ਅੱਛਾ, ਖਾਣਾ ਵਾ ਸਾਗ। ਚਲੋ ਫਿਰ ਤਾਂ ਠੀਕ ਆ, ਸਾਗ ਬਣਿਆ ਸੀ, ਮੱਕੀ ਰੋਟੀ ਖਾਵਾਂਗੇ। ਚਲੋ ਵਧੀਆ। ਤੂੰ ਕਿੱਧਰ ਨੂੰ ਚੱਲਿਆ? ਥੱਲੇ ਡਿੱਗਣਾ, ਆਉਣ ਵਾਲੀ ਆ ਦੀਦੀ, ਸਿਦਕ ਆਉਣ ਵਾਲੀ ਆ। ਸਿਦਕ ਗੋਦੀ ਜੜਿਆ ਕਰੇਗਾ ਦੀਦੀ ਦੇ ਪੁੱਤ? ਦੀਦੀ ਦੀ ਗੋਦੀ ਜੜਿਆ ਕਰੇਗਾ ਕਿ? ਦੇਖਦੇ ਆਈ ਨਾਲ ਸਾਡੀ ਉਹਦੇ ਨਾਲ ਬਣਦੀ ਆ ਜਾਂ ਉਹਦੀ ਸਾਡੇ ਨਾਲ ਬਣਦੀ, ਫਿਰ ਉਹਦਾ ਟਾਈਮ ਦੱਸੂਗਾ। ਹਾਂ, ਉਹ ਤਾਂ ਬਣਾ ਲੂ, ਉਹ ਤਾਂ ਸਾਊ ਬਹੁਤ ਹੈ। ਇਹ ਪਰਚੀਟਾ ਨਾ ਥੋੜਾ ਜਿਹਾ, ਇਹ ਪਰਚੀਟਾ ਹੋ ਗਿਆ ਹੁਣ ਹੈ। ਚਲੋ, ਹਾਂ ਚਲੋ ਬਈ, ਹੁਣ ਆਪਾਂ ਵੀ ਰੋਟੀ ਪਾਣੀ ਖਾ ਲਈਏ ਉਹਨਾਂ ਆਉਂਦਿਆਂ ਨੂੰ, ਤੇ ਫਿਰ ਹੋਈਏ ਫ੍ਰੀ। ਲੈ ਪੁੱਤ ਆਲੂ ਲੈ ਲੈ, ਜੇ ਰੋਟੀ ਖਾ ਲੈ ਨਾਨੀ ਤੋਂ। ਲਓ ਜੀ ਆਲੂ, ਲਓ ਜੀ ਆਲੂ। ਯੰਮੀ ਸੀ, ਯੰਮੀ ਸੀ।
ਲੋ ਵੀ ਹੁਣ ਟਾਈਮ ਹੈਗਾ ਸਾਗ ਨੂੰ ਤੜਕਾ ਲਾਉਣ ਦਾ। ਪਿੰਦਰ ਹੁਣੀ ਵੀ ਖੰਨੇ ਆ ਗਏ। ਇਹ ਨਹੀਂ ਮੈਂ ਉਹਨਾਂ ਨੂੰ ਇੰਨੀ ਵਾਰੀ ਫੋਨ ਕਰਦੀ ਹਾਂ, ਪਿੰਦਰ ਦੇ ਨਾ ਫੋਨ ਦੀ ਲੋਕੇਸ਼ਨ ਔਨ ਕਰਾਈ ਸੀ, ਉਹਨਾਂ ਨੇ ਮੈਨੂੰ ਸ਼ੇਅਰ ਕੀਤੀ ਹੈ, ਉੱਥੋਂ ਪਤਾ ਲੱਗ ਜਾਂਦਾ ਵੀ ਉਹ ਕਿੱਥੇ ਗਏ ਗਏ। ਇਹਦੇ ਨਾਲ ਭੂਆ ਦੋ ਫਾਇਦੇ ਹੁੰਦੇ ਆ, ਘਰ ਵਾਲੇ ਦੇ ਫੋਨ ਦੀ ਲੋਕੇਸ਼ਨ ਔਨ ਕਰਾਉਣ ਦੇ ਇੱਕ ਫਾਇਦਾ ਅੱਜ ਹੋ ਰਿਹਾ ਨਾ, ਆਪਾਂ ਦੇਖੀ ਜਾਂਦੇ ਹਾਂ। ਅਤੇ ਦੂਜਾ ਫਾਇਦਾ ਇਹ ਹੁੰਦਾ ਵੀ ਘਰ ਵਾਲਾ ਜੇ ਕਿਤੇ ਹੁੰਦਾ ਝੂਠ ਨਹੀਂ ਬੋਲ ਸਾਗ ਤੜਕ ਕੇ ਰੱਖ ਲਈ। ਉਹ ਕਿੱਧਰੋਂ ਆਏ ਆਪਾਂ, ਕਿੱਥੋਂ ਆਏ ਆ? ਇਹ ਕੋਠੇ ਤੇ ਗਿਆ ਸੀ, ਮਿਸਤਰੀ ਲੱਗੇ ਰਹਿਣਾ ਦੇਖਣ। ਜਾ ਪੁੱਤ ਖੇਡ ਲੈ 10 ਮਿੰਟ, ਮੈਨੂੰ ਨਾ ਮੈਂ ਕੰਮ ਕਰ ਲਵਾਂ। ਓਕੇ ਚਲੋ ਬਈ, ਦੋ ਦੋ ਖੁਸ਼ੀਆਂ ਆ ਰਹੀਆਂ ਨੇ ਰਣਸ਼ੇਰ। ਇੱਕ ਤਾਂ ਤੇਰੀ ਤਾਈ ਆ ਰਹੀ ਆ, ਹੈ ਜਿਹੜੀ ਮਾਸੀ, ਇੱਕ ਤੇਰੀ ਮੰਮਾ ਦਾ ਫੋਨ ਵੀ ਆ ਰਿਹਾ। ਵੱਧ ਚਾਹ ਫੋਨ ਦਾ ਬਸ, ਸਹੀ ਗੱਲ ਨਹੀਂ, ਦੋਨੇ ਚਾਹ ਨੇ, ਫੋਨ ਦਾ ਆਪਦੀ ਜਗ੍ਹਾ ਦੂਜਾ। ਰਣਸ਼ੇਰ ਕਹਿੰਦਾ ਆ ਦੇਖ ਇੱਧਰ, ਇੱਕ ਜਨਾਨੀ ਆ ਰਹੀ ਆ, ਇੱਕ ਹੈ, ਸਹੀ ਗੱਲ ਆ, ਭੈਣਾ ਆ ਰਹੀ ਆ, ਹਾਂ ਭਾਈ ਫੋਨ ਆ ਰਿਹਾ। ਬਸ ਸੁਣੋ, ਸ੍ਰੀ ਆ ਗਏ, 10 ਕੁ ਮਿੰਟ ਤੱਕ ਉਹਨਾਂ ਨੇ ਘਰੇ ਆ ਜਾਣਾ। ਛੋਟੀ ਭੂਆ ਗੇਟ ਖੋਲ ਕੇ ਵੀ ਖੜ ਗਈ ਤੇਲ ਲੈ ਕੇ। ਆ ਗਏ, ਆ ਗਏ ਭਾਈ, ਕਾਲੀ ਗੱਡੀ ਆਊਗੀ ਭੂਆ ਤੇਰੀ, ਆ ਤੈਨ ਕਾ ਗੱਡੀ ਨਾਲ ਹੀ ਰਲ ਗਈਆਂ ਤੇਰੀ ਆਣ ਕੇ ਗੱਡੀ ਨਾਲ ਹੀ ਰਲ ਗਿਆ, ਕਾਲੀਆਂ ਕਾਲੀਆਂ। ਚੱਲ ਮੈਂ ਪਹਿਲਾਂ, ਤੂੰ ਕਹਿੰਦੀ ਮੇਰੀ ਵੀਡੀਓ ਬਣਾ ਲਈ, ਤੂੰ ਬਾਅਦ ਚੋਂ ਮਿਲੀ। ਕੈਸਾ ਰਿਹਾ ਟ੍ਰਿਪ? ਕੌਣ ਆ ਗਿਆ ਸੀ? ਵਧੀਆ ਵਧੀਆ, ਤੁਸੀਂ ਦੱਸੋ ਠੀਕ ਹੋ? ਇੱਧਰ ਸਿਦਕ, ਓਏ ਤੂੰ ਪੈਂਦਾ ਸੀ ਪਹਿਲਾਂ ਸੀ, ਤੂੰ ਪੈਂਦਾ ਨਹੀਂ। ਓ ਪੈਂਥਲੀ ਚਿਪਸ ਲੈ ਕੇ ਆਈ ਆ, ਘਰੇ ਆਉਣ ਤੋਂ ਬਾਅਦ ਸਾਰੇ ਰੋਟੀ ਪਾਣੀ ਖਾ ਕੇ ਸੌਂ ਗਏ, ਬਰਿੰਦਰ ਹੁਣੀ ਵੀ ਤੇ ਪਿੰਦਰ ਦਾ ਪਿੰਡ ਹੀ ਚਲੇ ਗਏ ਸੀ, ਸਿਦਕਾ ਵੀ ਹੁਣ ਸਿਦਕਾ ਉੱਠੀ ਆ। ਹਾਂ ਵੀ ਸਿਦਕਾ, ਨੀਨੀ ਪੂਰੀ ਹੋ ਗਈ, ਠੰਡ ਲੱਗ ਰਹੀ ਆ ਕਿ ਸਾਨੂੰ ਹਲਦਾ ਜੈਕਟ ਦੇ ਦਿਓ। ਇਹਦੀ ਮੰਮੀ ਜੈਕਟ ਲੈਣ ਗਈ ਆ, ਨਾਲੇ ਸੌਕਸਾਂ ਲੈਣ ਗਏ, ਉਹਨੇ ਸੁੱਤੀ ਵੀ ਉੱਠੇ ਨੂੰ ਠੰਡ ਲੱਗ ਰਹੀ ਆ। ਤੇ ਆਹ ਮੇਰੇ ਮੁੰਡੇ ਨੂੰ ਕੁਝ ਜ਼ਿਆਦਾ ਇਹਦੇ ਗਲੇ 'ਚ ਕੁਛ ਅੜ ਗਿਆ। ਕੀ ਅੜ ਗਿਆ? ਦੀਦੀ ਕਿੱਥੇ ਆ? ਸਿਦਕ ਦੀਦੀ ਕਿੱਥੇ ਆ? ਹਾਂ ਦੀਦੀ ਸੀ, ਸਿਦਕ ਚੱਲ ਪਈ, ਇਹ ਨਿਸ਼ਚੇ ਦੀ ਸਾਈਕਲ ਹੀ ਆ ਹੁਣ ਸਿਦਕ ਦੇ ਕੰਮ ਹੋਈ, ਇੰਨੀ ਜਾਮ ਹੋਈ ਪਈ ਸੀ, ਹੁਣ ਤੇਲ ਲਾ ਲਾ ਕੇ ਚਲਾਈ ਆ। ਚੱਕਦੇ 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 ਰਣਸ਼ੇਰ ਬਰਿੰਦਰ ਕੋਲੇ ਕੀ ਕਰਦੀ ਆ? ਹੈ ਤੂੰ ਇੱਥੇ ਕਿਉਂ ਬੈਠੀ ਆ? ਹੁਣ ਇਹਨੇ ਰੋਟੀ ਪਕੌੜੀ ਆ, ਫੁੱਫੜ ਜੀ ਕਹਿੰਦੇ ਆਪਾਂ ਵਾਕ ਕਰਨ ਚੱਲੀਏ, ਕਹਿੰਦੀ ਨਾ ਨਾ ਮੈਂ ਤਾਂ ਰੋਟੀ ਪਕਾਉਂਗੀ। ਚੱਕ ਦੇ ਫੱਟੇ, ਵੇਲਣਾ ਤਾਂ ਲੈ ਲਾ ਮਾਸੀ ਤੋਂ। ਓ ਪੇੜਾ ਕਰਕੇ ਦਿਖਾ ਦੇ, ਪੇੜਾ ਕਰਕੇ, ਗੋਲ ਗੋਲ, ਗੋਲਾ ਨੀ ਗੋਲ ਗੋਲ ਪੇੜਾ। ਹਾਂ ਚੱਲ ਬਈ ਪਕਾ ਦੇ ਰੋਟੀ, ਅੱਜ ਸਾਰੀਆਂ ਤੂੰ ਪਕਾਉਣੀਆਂ ਨੇ, ਠੀਕ ਆ? ਹਾਂ 40-50 ਰੋਟੀਆਂ ਪਕਾਉਣੀਆਂ ਨੇ, 40-50 ਤੂੰ ਸਾਰੀਆਂ ਪਕਾਉਣੀਆਂ ਨੇ। ਓਕੇ ਸਿਦਕ, ਇੱਧਰ ਨੂੰ ਰੈਡੀ, ਕਿੱਥੇ ਚੱਲੇ ਅੱਜ ਤੂੰ? ਬਾਹਰ ਬਾਹਰ ਕਿੱਥੇ, ਕਿਹਨੂੰ ਮਿਲਣ ਚੱਲੇ ਅੱਜ ਤੂੰ? ਹਾਂ
ਸਿੱਧ ਕੌਣ ਚੱਲੀ ਆ ਰੈਡੀ ਹੋ ਕੇ ਆਪਣੇ ਪਿੰਡ ਨੂੰ, ਇਹ ਚਲੇ ਜਾਣਗੇ। ਉਦੋਂ ਬਾਅਦ ਅਸੀਂ ਰੈਡੀ ਹੋ ਕੇ ਚੱਲੇ ਆ ਆਪਣੇ ਪਿੰਡ, ਮਤਲਬ ਸਿੱਧਕ ਚੱਲੀ ਆ ਹਾਂਸਾ ਨੂੰ ਤੇ ਮੈਨੂੰ ਲੈਣ ਆਉਣਗੇ ਪਿੰਦਰ, ਅਸੀਂ ਜਾਵਾਂਗੇ ਜੋਧਾ ਨੂੰ। ਕਿਉਂ ਸਿੱਧਕ, ਫਿਰ ਤੂੰ ਸਾਡੇ ਕੋਲ ਆਏਂਗੀ? ਮੈਂ ਤੈਨੂੰ ਸੁਰਖੀਆਂ ਦਊਂਗਾ, ਠੀਕ ਆ? ਲੈਣੀਆਂ ਨੇ ਲਿਪਸਟਿਕ? ਕਿੰਨੀਆਂ ਲੈਣੀਆਂ ਨੇ ਦੱਸ ਮਾਸੀ ਨੂੰ? ਫਾਈਵ ਲੈਣੀਆਂ ਨੇ, ਠੀਕ ਆ, ਮੈਂ ਤੈਨੂੰ ਫਾਈਵ ਵੀ ਦਊਂਗੀ, ਠੀਕ ਆ? ਮੇਰੇ ਕੋਲ ਕਲਰਸ ਵੀ ਪਏ ਆ, ਤੈਨੂੰ ਕਲਰ ਵੀ ਦਊਂਗੀ। ਕਰਿਆ ਕਰੇਗਾ ਕਲਰ? ਸਾਰੇ ਕਲਰ ਨੇ, ਬਲੂ ਵੀ ਆ, ਰੈਡ ਵੀ ਆ, ਪਿੰਕ ਵੀ ਆ, ਔਰੇਂਜ ਵੀ ਆ। ਓਕੇ ਡਨ। ਚਲੋ ਵੀ ਹੁਣ ਇਹਨੇ ਆਪਣੇ ਜਾਣਾ ਪਿੰਡ ਨੂੰ, ਫਿਰ ਇਹ ਆਊਗੀ ਦੀਵਾਲੀ ਵਾਲੇ ਦਿਨ ਵਾਪਸ। ਕਿਉਂ ਜੀ? ਤੇ ਆਪਣਾ ਵੀ ਉੱਧਰ ਜਿਹੜਾ ਆਪਾਂ ਗਿਫਟ ਮੰਗਾਇਆ ਸੀ ਉਹ ਆ ਗਿਆ। ਯੇ ਸਿੱਧਕ ਲੈ ਕੇ ਆਈ ਆ ਮੇਰੇ ਲਈ, ਹੈਨਾ? ਖੋਲੀਏ ਆਪਣਾ ਫੋਨ ਆ ਗਿਆ, 15 ਪ੍ਰੋ ਮੈਕਸ। ਥੈਂਕ ਯੂ ਸਿੱਧਕਾ। ਚਲੋ ਹੁਣ ਆਪਾਂ ਨੂੰ ਇਹ ਜੀ ਪੈਕ ਕਰ ਦਈਏ, ਹਲੇ ਦੀ ਆਈਡੀ ਵਗੈਰਾ ਬਣਾਉਣੀ ਆ, ਹੁਣ ਪਿੰਦਰ ਤੋਂ ਹੀ ਬਣਵਾਉਂਗੀ ਜਾ ਕੇ। ਤੇ ਹੁਣ ਇਦੋਂ ਬਾਅਦ ਸਾਰਾ ਕੁਛ ਸਮੇਟੀਏ, ਜਦੋਂ ਵੀ ਪਿੰਦਰ ਆਉਂਦੇ ਆਪਾਂ ਵੀ ਆਪਦਾ ਰੈਡੀ ਹੋ ਕੇ ਘਰ ਨੂੰ ਚੱਲੀਏ। ਪਹਿਲਾਂ ਸਾਨੂੰ ਪਿੰਦਰ ਨੇ ਲੈਣ ਆਉਣਾ ਸੀਗਾ, ਬਟ ਬਰਿੰਦਰ ਕਹਿੰਦਾ ਚੱਲ ਹੁਣ ਮੈਂ ਰੈਡੀ ਹੋਇਆ ਹੋਇਆ ਮੈਂ ਹੀ ਤੁਹਾਨੂੰ ਛੱਡ ਆਉਣਾ ਵਾ। ਕਿਉਂ ਬਰਿੰਦਰ? ਅੱਜ ਬਰਿੰਦਰ ਸਵੇਰ ਦਾ ਨਾ ਗੱਡੀ 'ਚ ਹੀ ਘੁੰਮ ਰਿਹਾ ਵਾ। ਵਾਹ! ਤੇ ਅੱਜ ਬਾਹਰ ਮੌਸਮ ਇੰਨਾ ਕੁ ਠੰਡਾ, ਇੰਨੀ ਕੁ ਠੰਡੀ ਹਵਾ ਚੱਲਦੀ ਆ, ਮੈਂ ਹਲੇ ਤੱਕ ਆਪਦੇ ਮੋਟੇ ਕੱਪੜੇ ਕੱਢੇ ਨਹੀਂ ਸੀ ਬੈੱਡ 'ਚੋਂ। ਹੁਣ ਸਭ ਤੋਂ ਪਹਿਲਾਂ ਕੰਮ ਆਪਾਂ ਘਰੇ ਜਾ ਕੇ ਉਹੀ ਕਰਨਾ, ਬੈੱਡ 'ਚੋਂ ਕੱਪੜੇ ਕੱਢਣੇ ਆ। ਤੈਨੂੰ ਕਿਹੜਾ ਢੋਲ ਸੁਣਦਾ ਵੱਜਦਾ ਜਿਹੜਾ ਭੰਗੜਾ ਪਾਉਣਾ ਹੈ? ਹੈਲੋ ਹੈਲੋ ਕਰਦੇ, ਹੈਲੋ ਕਰਦੇ, ਹੈਲੋ ਮੰਮਾ ਨੂੰ ਹੈਲੋ ਕਰੋ। ਹਾਂ, ਅੱਜ ਇਹ ਹੈਲੋ ਕਰਨੀ ਵੀ ਸਿੱਖ ਗਿਆ। ਤੇ ਹੁਣ ਆਪਾਂ ਘਰੇ ਜਾ ਕੇ ਦਿੰਦੇ ਹਾਂ ਡੈਡਾ ਨੂੰ, ਇਹਦੇ ਨੂੰ ਸਰਪ੍ਰਾਈਜ਼ ਵੀ, ਅਸੀਂ ਪਹੁੰਚ ਗਏ ਘਰੇ। ਚਲੋ ਵੀ ਹੁਣ ਆਪਾਂ ਚੱਲੀਏ ਤੇ ਤੁਹਾਨੂੰ ਸਿੱਧਾ ਘਰੇ ਜਾ ਕੇ ਮਿਲਦੇ ਹਾਂ। ਘਰੇ ਆਪਾਂ ਪਹੁੰਚ ਗਏ ਸੀ, ਬੱਦਲ ਉੱਤੇ ਪੂਰਾ ਕਾਲਾ ਕਾਲਾ ਹੋਇਆ ਪਿਆ ਵਾ, ਤੇ ਮੀਂਹ ਹੁਣ ਪੂਰੇ ਜ਼ੋਰਾਂ ਨਾਲ ਆਇਆ ਹੋਇਆ। ਪੈਂਥਰ ਕੀ ਕਰਦਾ ਹੁੰਦਾ? ਨਾਨੀ ਕਾਕੇ ਨੂੰ ਕਿਵੇਂ ਸਲਾਉਂਦੀ ਹੁੰਦੀ ਆ? ਕਿਵੇਂ ਸਲਾਉਂਦੀ ਹੁੰਦੀ ਨਾਨੀ? ਠੀਕ ਆ। ਹੈਲੋ, ਕੱਲ ਆਪਾਂ ਨਵਾਂ ਸਿੱਖਿਆ, ਹੈਲੋ ਹੈਲੋ ਬਾਏ, ਨੋ 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 ਹਾਂ ਨੋ, ਇਹ ਗੁੱਡ ਬੋਏ ਹੋ ਗਿਆ, ਇਹ ਗੁੱਡ ਬੋਏ ਹੋ ਗਿਆ, ਗੁੱਡ ਬੋਏ, ਗੁੱਡ ਬੋਏ, ਗੁੱਡ ਬੋਏ, ਗੁੱਡ ਬੋਏ।